ਜੰਮੂ ਖਿੱਤਾ ਸੂਰਬੀਰ ਦੇ ਅਤੇ ਬਹਾਦਰੀ ਦੀ ਧਰਤੀ ਹੈ। ਇਸ ਕਰਮੇ ਵਾਲੀ ਧਰਤੀ ਉੱਪਰ ਕਈ ਸੂਰਮੇ ਯੋਧੇ ਗੁਰੂ ਦੇਵੀ ਦੇਵਤੇ ਇਸ ਧਰਤੀ ਉੱਪਰ ਉਹਨੇ ਵਾਸ ਕੀਤਾ। ਅਸ ਤਵੀ ਦੇ ਚੌਥੇ ਪੁਲਾਂ ਪਰ ਖੜੋਤੇ ਦੇ ਹਾਂ। ਮੇਰੇ ਪਿੱਛੇ ਜਿਸ ਬਹਾਦਰ ਹੁੰਦੀ ਤੁਸ ਮੂਰਤੀ ਦਿਖਾ ਕਰਦੇ ਹੋ, ਇਹਦਾ ਵਿਧੀਵਤ ਉਦਘਾਟਨ ਅਜੇ ਹੋਣਾ ਹੈ। ਬਾਬਾ ਬੰਦਾ ਬਹਾਦੁਰ, ਔਰ ਇਹ ਇੰਨੇ ਬਹਾਦੁਰ ਹੈ ਕਿ ਮੁਗਲਾਂ ਦੀ ਜਿਹੜੀ ਸਲਤਨਤ ਸੀ ਉਹ ਵੀ ਇਹਦਾ ਨਾਂ ਸੁਣੀਏ ਕੰਬੀ ਉੱਠਦੀ ਸੀ। ਬੜੀ ਖੁਸ਼ੀ ਦੀ ਗੱਲ ਹੈ ਕਿ ਚੌਥੇ ਪੁਲਾਂ ਪਰ ਇਹਦੀ ਜਿਹੜੀ ਪ੍ਰਤਿਮਾ, ਇਹਦਾ ਜਿਹੜਾ ਮੁਜੱਸਮਾ ਹੈ ਉਹ ਲੱਗਾ ਕਰਦਾ ਹੈ, ਤਾਂ ਜੇ ਸਾਡੇ ਜੰਮੂ ਕਸ਼ਮੀਰ ਦੇ ਜਿਹੜੇ ਨੌਜਵਾਨ ਯੁਵਾ ਵਰਗ ਹੈ ਉਹਨੇਗੀ ਇਹਦੇ ਇਤਿਹਾਸ ਔਰ ਇਹਦੇ ਪਾਸਿਆ ਕੀਤੇ ਗਏ ਦੇ ਕੰਮੇ ਦੀ ਜਾਣਕਾਰੀ ਉਹਨੇਗੀ ਥੋਈ ਸਕੇ। ਮੇਰੇ ਕਹਿੰਦੇ ਸਰਦਾਰ ਅਜੀਤ ਸਿੰਘ ਜਿਹੜੇ ਚੱਲ ਜੇ ਐਂਡ ਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਗੱਲਬਾਤ ਕਰਨੇ ਆ। ਇੱਕ ਤਾਂ ਤੁਹਾਡਾ ਮਤਾ ਮਤਾ ਸਵਾਗਤ ਹੈ ਜੀ, ਦੂਆ ਮੈਗੀ ਇਹ ਦੱਸੋ ਕਿ ਇਹ ਬਾਬਾ ਬੰਦਾ ਬਹਾਦਰ ਹੁੰਦੀ ਜਿਹੜੀ ਪ੍ਰਤਿਮਾ ਇੱਥੇ ਲੱਗਾ ਕਰਦੀ ਹੈ, ਕੈਸਾ ਮਹਿਸੂਸ ਕਰਿਆ ਕਰਦਾ? ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਤੁਹਾਡੇ ਧੰਨਵਾਦੀਆਂ TSL ਮੀਡੀਆ ਦੇ, ਜਿਹੜੇ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਜਦੋਂ ਅਸੀਂ ਸਰਕਾਰੀ ਦਰਬਾਰੇ ਪਹੁੰਚਾਉਣੀਆਂ ਹੁੰਦੀਆਂ ਤਾਂ ਤੁਸੀਂ ਸਾਡੀਆਂ ਮੰਗਾਂ ਸਰਕਾਰੀ ਦਰਬਾਰੇ ਪਹੁੰਚਾਉਣ 'ਚ ਬੜੀ ਹੈਲਪ ਕਰਦੇ ਹੋ। ਉਹ ਤੁਹਾਡੀ ਹੈਲਪ ਦਾ ਸਦਕਾ ਹੀ ਅੱਜ ਇਹ ਸਟੈਚੂ ਇੱਥੇ ਲੱਗ ਰਿਹਾ। ਇਹ ਜੰਮੂ ਕਸ਼ਮੀਰ ਦੇ ਸਿੱਖ ਕਮਿਊਨਿਟੀ ਦੀ ਇੱਕ ਬੜੀ ਪੁਰਾਣੀ ਪੈਂਡਿੰਗ ਡਿਮਾਂਡ ਸੀ। ਐਪਰੋਕਸੀਮੇਟਲੀ ਕਹਿ ਸਕਦੇ ਹੋ ਕਿ 15 ਸਾਲ ਹੋ ਗਏ ਜਿਹੜਾ ਜੰਮੂ ਕਸ਼ਮੀਰ ਦੀ ਸਿੱਖ ਕਮਿਊਨਿਟੀ ਸਟਰਗਲ ਕਰ ਰਹੀ ਸੀ ਕੁੰਜਵਾਨੀ ਚੌਕ ਦੇ ਲਈ। ਸੋ ਨੈਸ਼ਨਲ ਹਾਈਵੇ ਅਥਾਰਟੀ ਦੀ ਗਾਈਡਲਾਈਨ ਦੇ ਅਨੁਸਾਰ ਔਰ ਕੁੰਜਵਾਨੀ ਚੌਕ ਦੇ ਵਿੱਚ ਇੱਕ ਫਲਾਈਓਵਰ ਜਿਹੜਾ ਬਣ ਰਿਹਾ ਉਹ ਤੁਸੀਂ ਕਹਿ ਸਕਦੇ ਹੋ ਦਿੱਲੀ ਦੀ ਤਾਰੀਖ 'ਤੇ ਫਲਾਈਓਵਰ ਬਣ ਰਿਹਾ। ਸੋ ਪਿਛਲੇ ਲਾਸਟ ਈਅਰ 26 ਦਸੰਬਰ 2022 ਨੂੰ ਇਹ ਜਿਹੜੇ ਦਿਨ ਆਉਂਦੇ ਨੇ ਇਹ ਸਾਡੇ ਦਸਮ ਗੁਰੂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਹਨ ਉਹ ਪੂਰੇ ਪਰਿਵਾਰ ਦਾ ਜਿਹੜਾ ਵਿਛੋੜਾ ਪਿਆ ਸੀ ਔਰ ਸ਼ਹੀਦੀ ਦਿਹਾੜੇ ਹੁੰਦੇ ਨੇ ਸਾਹਿਬਜ਼ਾਦਿਆਂ ਦੇ। ਸੋ ਪਿਛਲੇ ਸਾਲ 26 ਦਸੰਬਰ 2022 ਨੂੰ ਡਿਗਿਆਣੇ ਆਸ਼ਰਮ ਵਿਖੇ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਉੱਥੇ ਹੋਨਰੇਬਲ ਲੈਫਟੀਨੈਂਟ ਗਵਰਨਰ ਸਾਹਿਬ ਆਏ ਸਨ। ਉਹਨਾਂ ਨੂੰ ਅਸੀਂ ਇਹ ਮੰਗ ਫਿਰ ਜਦ ਕਹੀ ਸੀ ਅਤੇ ਉਹਨਾਂ ਨੇ ਸਾਨੂੰ ਇੱਕ ਆਪਸ਼ਨ ਜਿਹੜਾ ਭਗਵਤੀ ਨਗਰ ਚੌਕ ਦਾ ਦਿੱਤਾ ਸੀ। ਬਹੁਤ ਅੱਛਾ, ਇੱਥੇ ਵੀ ਤੁਸੀਂ ਵੇਖ ਰਹੇ ਹੋ ਬ੍ਰਿਜ ਬਣ ਰਿਹਾ, ਹੁਣ ਜਿਸ ਟਾਈਮ ਇਹ ਪਿੱਲਰ ਬਣੇ ਇਹਦੇ ਲੇਆਊਟ ਨਿਕਲ ਕੇ ਆਈ ਹੈ। ਜਦ ਇਹ ਸਪਤੰਬਰ ਲੇਆਊਟ ਨਿਕਲ ਕੇ ਆਈ, ਤੁਸੀਂ ਪਹਿਲੇ ਨੌਜਵਾਨਾਂ ਦਾ ਕੀਤਾ ਜ਼ਿਕਰ, ਮੈਂ ਉਹ ਦੱਸ ਦਿਆਂ ਕਿ ਜੰਮੂ ਕਸ਼ਮੀਰ ਦੀ ਜਿਹੜੀ ਸਿੱਖੀ ਦਾ ਧੁਰ ਹੈ ਸ਼੍ਰੋਮਣੀ ਡੇਰਾ ਨਗਾਲੀ ਸਾਹਿਬ, ਉਹਨਾਂ ਦੇ ਮੁਖੀ ਮਹੰਤ ਮਨਜੀਤ ਸਿੰਘ ਜੀ ਨੇ ਜੰਮੂ ਕਸ਼ਮੀਰ ਦੀ ਸੰਗਤ ਨੂੰ ਇਕੱਠੇ ਕਰਨ ਵਾਸਤੇ ਇਹ ਸਿੱਖ ਕੋਆਰਡੀਨੇਸ਼ਨ ਕਮੇਟੀ ਜੰਮੂ ਕਸ਼ਮੀਰ ਦਾ ਗਠਨ ਕੀਤਾ ਸੀ। ਬਹੁਤ ਅੱਛਾ। ਸੋ ਜਿਸ ਟਾਈਮ ਲੇਆਊਟ ਨਿਕਲ ਕੇ ਆਈ ਤਾਂ ਮਹਾਂਪੁਰਸ਼ਾਂ ਨੇ ਇਹ ਜਿਹੜੀ ਜ਼ਿੰਮੇਵਾਰੀ ਹੈ, ਇਹ ਜਿਹੜੀ ਸੇਵਾ ਹੈ, ਸਿੱਖ ਕੋਆਰਡੀਨੇਸ਼ਨ ਕਮੇਟੀ ਜੰਮੂ ਕਸ਼ਮੀਰ ਨੂੰ ਦਿੱਤੀ। ਸੋ ਜੰਮੂ ਕਸ਼ਮੀਰ ਦੇ ਨੌਜਵਾਨ ਇਹ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ, ਇਹ ਵੱਡਿਆਂ ਦੇ ਆਸ਼ੀਰਵਾਦ ਨਾਲ ਤੁਸੀਂ ਵੇਖ ਰਹੇ ਹੋ, ਅੱਜ ਸਾਡੇ ਪੂਰੇ ਪ੍ਰੀਤਨਗਰ ਦੇ ਪੂਰੇ ਗੁਰਦੁਆਰਾ ਸਾਹਿਬ ਦੀ ਟੀਮ ਆਈ ਹੋਈ ਹੈ। ਅਸੀਂ ਇਹਨਾਂ ਦੇ ਧੰਨਵਾਦੀ ਹਾਂ ਬੜੇ, ਕਿਉਂਕਿ ਇਹਨਾਂ ਦੀ ਗਾਈਡਲਾਈਨ ਲੈ ਕੇ ਬੜਿਆਂ ਨੂੰ ਲੈ ਕੇ ਚੱਲਦੇ ਹਾਂ ਅਸੀਂ। ਸੋ ਇਹਨਾਂ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਜਿਸ ਟਾਈਮ ਮਹਾਂਪੁਰਸ਼ਾਂ ਨੇ ਜਗ੍ਹਾ ਫਾਈਨਲ ਕੀਤੀ। ਪਹਿਲੇ ਉਹਨਾਂ ਨੇ ਬੁੱਧੀਜੀਵੀਆਂ ਨੂੰ ਬੁਲਾਇਆ, ਦੇਖਿਆ ਇਹ ਹਾਰਟ ਆਫ ਸਿਟੀ ਚੌਕ ਹੈ, ਇੱਥੇ ਤੁਸੀਂ ਦੇਖੋਗੇ ਨਾਲ ਜਿਹੜੀ ਸਾਡੀ ਜੰਮੂ ਕਸ਼ਮੀਰ ਦੀ ਸਭ ਤੋਂ ਵੱਡੀ ਯਾਤਰਾ ਹੈ ਅਮਰਨਾਥ ਯਾਤਰਾ, ਯਾਤਰੀ ਨਿਵਾਸ ਇੱਥੇ ਹੈ। ਸਾਲ ਦਾ 3.5 ਤੋਂ 4 ਲੱਖ ਬੰਦਾ ਜਿਹੜਾ ਅਮਰਨਾਥ ਯਾਤਰਾ ਕਰਨ ਜਾਂਦਾ ਹੈ, ਰਜਿਸਟ੍ਰੇਸ਼ਨ ਇੱਥੇ ਆਉਂਦੀ ਹੈ। ਮਤਲਬ ਤੁਸੀਂ ਜੰਮੂ ਕਸ਼ਮੀਰ ਦੇ ਯੋਧਿਆਂ ਦੀ ਗੱਲ ਕੀਤੀ ਕਿਉਂਕਿ ਇਹਨਾਂ ਦਾ ਜੰਮੂ ਕਸ਼ਮੀਰ ਦਾ ਹੀ ਜਨਮ ਹੈ। ਸੋ ਜਿਹੜੀ ਵੀ 3.5-4 ਲੱਖ ਯਾਤਰੀ ਜਿਹੜਾ ਅਨਦਰ ਸਟੇਟਾਂ ਤੋਂ ਆਏਗਾ ਜਾਂ ਅਨਦਰ ਕੰਟਰੀ ਤੋਂ ਆਏਗਾ ਉਹ ਸਭ ਤੋਂ ਪਹਿਲੇ ਆ ਕੇ ਇੱਥੇ ਨਤਮਸਤਕ ਹੋਏਗਾ, ਦੇਖੇਗਾ ਕਿ ਇਹਨਾਂ ਯੋਧਿਆਂ ਦਾ ਇਤਿਹਾਸ ਦਾ ਪਤਾ ਚੱਲੇਗਾ। ਸੋ ਅਸੀਂ ਇਸ ਲਈ ਸਭ ਤੋਂ ਪਹਿਲੇ LG ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਹਾਰਟ ਆਫ ਸਿਟੀ ਜਗ੍ਹਾ ਮੁਹੱਈਆ ਕਰਵਾਈ।
ਉਸ ਤੋਂ ਬਾਅਦ ਜੰਮੂ ਕਸ਼ਮੀਰ ਦੀ ਸਮੂਹ ਆਵਾਮ ਦੇ, ਕਿਉਂਕਿ ਜਦ ਤੱਕ ਹਰ ਇੱਕ ਕਮਿਊਨਿਟੀ ਤੁਹਾਡੇ ਨਾਲ ਨਹੀਂ ਹੋਏਗੀ, ਕਿਉਂਕਿ ਜੰਮੂ ਕਸ਼ਮੀਰ ਇੱਕ ਐਸਾ ਖੂਬਸੂਰਤ ਗੁਲਦਸਤਾ ਹੈ ਜਿਹਦੇ ਵਿੱਚ ਤੁਹਾਨੂੰ ਹਰ ਇੱਕ ਕਮਿਊਨਿਟੀ ਦਾ ਹਰ ਇੱਕ ਪ੍ਰਾਣੀ ਮਿਲਣਗੇ। ਸੋ ਅਸੀਂ ਜੰਮੂ ਕਸ਼ਮੀਰ ਦੀ ਸਮੁੱਚੀ ਆਵਾਮ ਦੇ ਧੰਨਵਾਦੀ ਹਾਂ। ਇੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਹਰ ਇੱਕ ਕਮਿਊਨਿਟੀ ਦੇ ਬਿਲਕੁਲ ਜਿਹੜੇ ਤੁਹਾਨੂੰ ਬੰਦੇ ਮਿਲਣਗੇ। ਸੋ ਅਸੀਂ ਹਰ ਇੱਕ ਸੰਸਥਾ ਦਾ, ਹਰ ਇੱਕ DGPC ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਸਹਿਯੋਗ ਦੇ ਨਾਲ ਸਾਰਿਆਂ ਨੇ ਮਿਲ ਜੁਲ ਕੇ ਇਹ ਜਿਹੜਾ ਬੁੱਤ ਹੈ ਬਾਬਾ ਬੰਦਾ ਸਿੰਘ ਬਹਾਦੁਰ, ਐਕਚੁਅਲੀ ਬਾਬਾ ਬੰਦਾ ਸਿੰਘ ਬਹਾਦੁਰ ਬੰਦਾ ਬਹਾਦੁਰ ਜਿਹੜਾ ਇਹ ਤਖਲੁਸ ਸੀ ਇਹਨਾਂ ਦਾ। ਇਹਨਾਂ ਦਾ ਜਦੋਂ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ ਸੀ, ਬਾਬਾ ਗੁਰਬਖਸ਼ ਸਿੰਘ ਜੀ ਇਹਨਾਂ ਦਾ ਨਾਂ ਹੈ। ਸੋ ਅਸੀਂ ਹੁਣ ਹਾਈਲਾਈਟ ਕਰਾਂਗੇ, ਪਲੇਟਾਂ ਬਣਵਾਈ ਦੀਆਂ ਤੁਸੀਂ ਉੱਥੇ ਵੇਖੋਗੇ। ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦੁਰ ਉਹਨਾਂ ਨੂੰ ਕਹਿੰਦੇ, ਬੰਦਾ ਬਹਾਦੁਰ ਖੱਲੂ ਸੀ। ਸੋ ਇਹ ਹੁਣ ਬਾਬਾ ਗੁਰਬਖਸ਼ ਸਿੰਘ ਵੀ ਜੰਮੂ ਕਸ਼ਮੀਰ ਦੀ ਹਵਾ ਨੂੰ ਪਤਾ ਚਲੇ ਗਿਆ, ਬਾਬਾ ਬੰਦਾ ਸਿੰਘ ਬਹਾਦੁਰ ਦਾ ਨਾਂ ਜਿਹੜਾ ਸੀ ਬਾਬਾ ਗੁਰਬਖਸ਼ ਸਿੰਘ ਸੀ। ਸੋ ਅਸੀਂ ਜਿੱਥੇ ਸਮੂਹ ਆਵਾਮ ਦਾ ਧੰਨਵਾਦ ਕਰਦੇ ਹਾਂ, ਉੱਤੇ ਹੀ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਜੰਮੂ ਕਸ਼ਮੀਰ ਦੀ ਸਮੂਹ ਆਵਾਮ ਨੂੰ ਬੇਨਤੀ ਕਰਦੇ ਹਾਂ ਕਿ 26 ਦਸੰਬਰ ਦਿਨ ਮੰਗਲਵਾਰ 2023 ਸ਼੍ਰੋਮਣੀ ਗੁਰਦੁਆਰਾ, ਸ਼੍ਰੋਮਣੀ ਡੇਰਾ ਨਗਾਲੀ ਸਾਹਿਬ ਦੇ ਮੁਖੀ ਮਹੰਤ ਮਨਜੀਤ ਸਿੰਘ ਜੀ, ਜੰਮੂ ਕਸ਼ਮੀਰ ਦੇ ਹਾਨਵਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ, ਇਹ ਮਿਲ ਕੇ ਇਸ ਸਟੈਚੂ ਨੂੰ ਜੰਮੂ ਕਸ਼ਮੀਰ ਦੀ ਆਵਾਮ ਨੂੰ ਸਮਰਪਿਤ ਕਰਨਗੇ। ਸੋ ਇੱਥੇ ਹੀ ਥੱਲੇ ਫੀਲਡ ਦੇ ਵਿੱਚ, ਤੁਸੀਂ ਕੈਮਰਾਮੈਨ ਨੂੰ ਕਿਉਂ ਦੱਸੇਗਾ, ਬਿਲਕੁਲ ਫੀਲਡ ਦੇ ਵਿੱਚ ਇੱਕ ਬੜਾ ਵੱਡਾ ਪੰਡਾਲ ਦਾ ਇੱਕ ਸਥਾਪਨਾ ਕੀਤੀ ਜਾ ਰਹੀ ਹੈ। ਉੱਥੇ ਹੀ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਸਮਾਗਮ ਦੇ ਰੂਪ ਵਿੱਚ ਉੱਥੇ ਹੀ ਮਨਾਇਆ ਜਾਏਗਾ, ਜਿਹਦੇ ਵਿੱਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਜਥੇ ਪ੍ਰਚਾਰਕ ਉਹ ਸਾਰੇ ਹਾਜ਼ਰੀ ਭਰਨਗੇ। ਉੱਥੇ ਹੋਨੇਵਲ ਲੈਫਟੀਨੈਂਟ ਗਵਰਨਰ ਸਾਹਿਬ ਵੀ ਹਾਜ਼ਰੀ ਭਰਨਗੇ। ਇਹ ਸਾਰਾ ਜਿਹੜਾ ਕੰਮ ਜਿਹੜਾ ਚੱਲ ਰਿਹਾ, ਇਹ ਸ਼੍ਰੋਮਣੀ ਡੇਰਾ ਨਗਾਲੀ ਸਾਹਿਬ ਦੇ ਮੁਖੀ ਮਹੰਤ ਮਨਜੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਿਹਾ। ਸੋ ਜੰਮੂ ਕਸ਼ਮੀਰ ਦੀ ਸਮੁੱਚੀ ਆਵਾਮ ਨੂੰ ਫਿਰ ਤੋਂ ਇਹ ਬੇਨਤੀ ਕਰਦੇ ਹਾਂ, ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਜੰਮੂ ਕਸ਼ਮੀਰ ਦੀ ਪੂਰੀ ਆਵਾਮ ਸੁਣਦੀ ਹੈ, ਤੁਸੀਂ ਵੀ ਜੰਮੂ ਕਸ਼ਮੀਰ ਦੀ ਪੂਰੀ ਆਵਾਮ ਨੂੰ ਬੇਨਤੀ ਕਰਨੀ ਹੈ ਕਿ ਮੰਗਲਵਾਰ ਸਮੂਹ ਆਵਾਮ ਹੁੰਮ ਹੁਮਾ ਕੇ ਇੱਥੇ ਪਹੁੰਚੇ ਔਰ ਇਸ ਵੱਡੇ ਦਿਨ ਦੇ ਵਿੱਚ ਆਪਣਾ ਹਿੱਸਾ ਪਾ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੇ। ਸਿੰਘ ਸਾਹਿਬ, ਕਿਆ ਤੁਸੀਂ ਨਹੀਂ ਸਮਝਦੇ ਕਿ ਇਹ ਜਿਹੜਾ ਪ੍ਰਤਿਮਾ ਜਿਹੜੀ ਹੁਣ ਲੱਗਾ ਕਰਦੀ ਹੈ ਜੀ, ਇਹ ਤਾਂ 50-60 ਸਾਲ ਪਹਿਲਾਂ ਲੱਗਣੀ ਚਾਹੀਦੀ ਸੀ। ਕਹਿੰਦੇ ਦੇਰ ਆਏ ਦਰੁਸਤ ਆਏ ਜੀ। ਦੇਖੋ, ਪੁਰਾਣੇ ਬਜ਼ੁਰਗਾਂ ਨੇ ਘਾਲਣਾ ਕੀਤੀ ਸੀ, ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀ। ਸੋ ਅਸੀਂ ਲਾਸਟ ਕਿਤੇ ਨਾ ਕਿਤੇ ਚਲੋ ਆਪਣਾ ਜਿਹੜਾ ਯੋਗਦਾਨ ਸਾਡੇ ਭਾਗਾਂ 'ਚ ਲਿਖੇ ਸੀ ਯੋਗਦਾਨ ਪਾਇਆ, ਇਹ ਉਹਨਾਂ ਦਾ ਚੁੱਕਿਆ ਹੋਇਆ ਮੁੱਦਾ ਸੀ ਪੁਰਾਣੇ ਬਜ਼ੁਰਗਾਂ ਦਾ, ਜਿਹੜਾ ਅੱਜ ਕਿਤੇ ਨਾ ਕਿਤੇ ਪ੍ਰਤਿਮਾ ਸਥਾਪਨਾ ਹੋਈ ਹੈ। ਮੈਂ ਕਹਿੰਦਾ ਦੇਰ ਆਏ ਦਰੁਸਤ ਆਏ, ਅੱਜ ਲੱਗੀ ਤਾਂ ਵੀ ਠੀਕ ਹੈ, ਠੀਕ ਹੈ। ਇਹ ਸਾਡੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਇਹ ਐਕਟਿਵ ਵਰਕਰ ਹਨ, ਇਹ ਤੁਹਾਨੂੰ ਅੱਗੇ ਦਿੰਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੇਖਿਆ ਔਰ ਆਪ ਜੀ ਦੇ ਰੂਬਰੂ ਕਰਾਇਆ ਔਰ ਆਪ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਆਪਣੀ ਜੰਮੂ ਕਸ਼ਮੀਰ ਦੇ ਵਿੱਚ TSL ਜਿਹੜਾ ਚੈਨਲ ਹੈ ਇਸ ਨੂੰ ਬੜੇ ਹੀ ਸਾਡਾ ਆਵਾਮ ਜਿਹੜਾ ਹਰ ਖਿੱਤਾ, ਕਿਉਂਕਿ ਡੋਗਰੀ ਜਿਹੜਾ ਇੱਥੇ ਦਾ ਸਾਡਾ ਇਤਿਹਾਸ ਹੈ, ਉਸ ਵਿੱਚ ਡੋਗਰੀ ਦਾ ਇੱਕ ਬੜਾ ਵੱਡਾ ਡੁੱਗਰ ਜਿਸਨੂੰ ਕਿਹਾ ਜਾਂਦਾ ਹੈ ਕਿ ਡੁੱਗਰ ਦੇਸ਼ ਹੈ, ਡੁੱਗਰ ਸਟੇਟ ਹੈ, ਔਰ ਜਿੱਥੇ ਉਸਦੇ ਨਾਲ ਨਾਲ ਇੱਥੇ ਸਾਰ ਹੋਏ ਬਾਬਾ ਬੰਦਾ ਸਿੰਘ ਬਹਾਦੁਰ, ਜਿਹੜੇ ਕਿ ਸਿੱਖ ਕੌਮ ਦੇ ਇੱਕ ਪਹਿਲੇ ਜਰਨੈਲ, ਜਿਹਨਾਂ ਨੂੰ ਸਿੱਖ ਕੌਮ ਦੇ ਜਰਨੈਲ ਨਹੀਂ, ਸਾਡੇ ਇਸ ਹਿੰਦੁਸਤਾਨ ਦੇ ਪਹਿਲੇ ਬਾਦਸ਼ਾਹ, ਜਿਨ੍ਹਾਂ ਨੇ ਮੁਗਲ ਰਾਜ ਕੋਲੋਂ, ਔਰ ਐਸਾ ਬਾਦਸ਼ਾਹ ਜਿਸਨੇ ਮੁਗਲਾਂ ਦੇ ਕੋਲੋਂ, ਮੁਗਲਾਂ ਦਾ ਉਹ ਰਾਜ ਜਿਹੜਾ ਕਿ 1000 ਸਾਲ ਦਾ ਪੁਰਾਣਾ ਰਾਜ ਸੀ, ਉਸ ਰਾਜ ਦਾ ਤਖਤਾ ਪਲਟ ਕੀਤਾ। ਉਹ ਤਖਤਾ ਕਿਸ ਤਰ੍ਹਾਂ ਪਲਟ ਕੀਤਾ ਕਿ ਕਿਉਂਕਿ ਜਿਹੜੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਪਿੱਛੋਂ ਰਜੌਰੀ ਡਿਸਟ੍ਰਿਕਟ ਦੇ ਹੋਏ ਨੇ, ਔਰ ਰਜੌਰੀ ਇਹਨਾਂ ਦੀ ਜਿਹੜੀ ਇਹਨਾਂ ਦਾ ਸਟਾਰਟ ਹੁੰਦਾ ਰਜੌਰੀ ਤੋਂ ਹੁੰਦਾ, ਜਿਸ ਵੇਲੇ ਇਹ ਛੋਟੀ ਅਰਬਲਾ ਸੀ, ਜਿਸ ਵੇਲੇ ਕਹਿੰਦੇ ਕਿ 7-8 ਸਾਲ ਤੋਂ ਇੱਕ ਬੜੇ ਅੱਛੇ ਮਤਲਬ ਤਾਕਤ ਯੋਧਾ ਤੋਂ ਜ਼ਿਆਦਾ ਨਹੀਂ ਕਹਿ ਸਕਦੇ, ਤਾਕਤਵਰ ਸਨ, ਔਰ ਇਹਨਾਂ ਨੇ ਸ਼ਿਕਾਰ ਦੇ ਬੜੇ ਸ਼ੌਕੀਨ ਸਨ, ਔਰ ਕਿਧਰੇ ਜੰਗਲ ਦੇ ਵਿੱਚ ਸ਼ਿਕਾਰ ਕਰ ਰਹੇ ਸਨ, ਔਰ ਸ਼ਿਕਾਰ ਕਰਦਿਆਂ ਕਰਦਿਆਂ ਇੱਕ ਹਿਰਨੀ ਇਹਨਾਂ ਦੇ ਸਾਹਮਣੇ ਆਉਂਦੀ ਹੈ ਔਰ ਆਪਣੇ ਪੱਖੇ ਵਿੱਚੋਂ ਤੀਰ ਕੱਢ ਕੇ, ਕਿਉਂਕਿ ਉਸ ਵੇਲੇ ਤੀਰ ਔਰ ਕਮਾਨ ਦੇ ਨਾਲ ਹੀ ਜ਼ਿਆਦਾ ਸ਼ਿਕਾਰ ਔਰ ਨੇਜਿਆਂ ਦੇ ਨਾਲ ਕੀਤਾ ਜਾਂਦਾ ਸੀ, ਉਹ ਤੀਰ ਦੇ ਨਾਲ ਉਹ ਸ਼ਿਕਾਰ ਕਰਦੇ ਨੇ, ਔਰ ਜਿਸ ਵੇਲੇ ਉਹ ਹਿਰਨੀ ਦੇ ਕੋਲ ਜਾ ਕਰਕੇ ਦੇਖਦੇ ਨੇ
ਪਹੁੰਚਦੇ ਨੇ, ਕਿਉਂਕਿ ਸ਼ਿਕਾਰ ਜਿਹੜਾ ਦੋ ਤਰੀਕੇ ਦੋ ਚੀਜ਼ਾਂ ਵਾਸਤੇ ਕੀਤਾ ਜਾਂਦਾ, ਹਿਰਨੀ ਦਾ ਸ਼ਿਕਾਰ ਆ ਜਾਂ ਤਾਂ ਉਹਦੇ ਵਿੱਚੋਂ ਮ੍ਰਿਗ ਨੈਣੀ ਜਿਹੜਾ ਉਹਦੇ ਵਿੱਚੋਂ ਮ੍ਰਿਗ ਦੇ ਵਿੱਚ ਹੁੰਦਾ ਉਹ ਕੱਢਿਆ ਜਾਵੇ, ਉਸਨੂੰ ਮਾਰਦੇ ਨਹੀਂ ਕਸਤੂਰੀ। ਲੇਕਿਨ ਦੂਸਰਾ ਸ਼ਿਕਾਰ ਹੈ ਕਿ ਆਪਣੇ ਤੁਸੀਂ ਕਹਿੰਦੇ ਹੋ ਕਿ ਭੋਜਨ ਵਾਸਤੇ, ਉਹ ਭੋਜਨ ਵਾਸਤੇ ਸ਼ਿਕਾਰ ਜਿਸ ਵੇਲੇ ਉਹਨਾਂ ਨੇ ਉਸਦਾ ਮਾਦਾ ਹਿਰਨੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਮਾਦਾ ਹੈ, ਜਾਂ ਜਿਸ ਵੇਲੇ ਉਹਨਾਂ ਨੇ ਉਹਦਾ ਜਿਹੜਾ ਪੇਟ ਜਿਹੜਾ ਉਹ ਚੀਰਿਆ ਅਤੇ ਵਿੱਚੋਂ ਦੋ ਬੱਚੇ ਜਿਹੜੇ ਨੇ ਉਹ ਉਹਨਾਂ ਦੇ ਅੱਖਾਂ ਦੇ ਸਾਹਮਣੇ ਜਿਸ ਵੇਲੇ ਉਹ ਦੇਖਦੇ ਨੇ ਤੜਫ ਤੜਫ ਕੇ ਜਾਨ ਦੇ ਗਏ। ਜਿਸ ਵੇਲੇ ਉਹ ਜਾਨ ਦਿੰਦੇ ਅਤੇ ਉਹਨਾਂ ਨੇ ਆਪਣੇ ਤੀਰ ਔਰ ਕਮਾਨ ਨੂੰ ਜਿਹੜਾ ਉਹ ਭੰਨ ਕੇ ਜਿਹੜਾ ਉਹ ਇੰਨਾ ਵਿਰਾਗ ਵੀ ਚਲੇ ਗਏ ਕਿ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਕਿ ਮਾਦਾ ਮ੍ਰਿਗ ਹੈ, ਅਤੇ ਉਸ ਉਹਨਾਂ ਨੇ ਆਪਣੇ ਤੀਰ ਔਰ ਕਮਾਨ ਨੂੰ ਭੰਨ ਕੇ ਜਿਹੜਾ ਸੁੱਟ ਛੱਡਿਆ ਔਰ ਵਿਰਾਗ ਵੀ ਚਲੇ ਗਏ। ਜਿਸ ਵੇਲੇ ਵਿਰਾਗ ਵੀ ਚਲੇ ਗਏ ਉਹ ਜਾ ਕਰਕੇ ਸਾਧੂਆਂ ਦੀ ਟੋਲੀ 'ਚ ਰਲਦੇ ਨੇ, ਜਿਸ ਵੇਲੇ ਸਾਧੂਆਂ ਦੇ ਟੋਲੀ ਵਿੱਚ ਰਲਦੇ ਨੇ ਔਰ ਉਹ ਇਸ ਕਰਕੇ ਰਲਦੇ ਨੇ ਕਿ ਮੈਨੂੰ ਕਿਸੇ ਤਰ੍ਹਾਂ ਸ਼ਾਂਤੀ ਜਿਹੜੀ ਹੈ ਮੈਂ ਆਪਣੀ ਅਵਸਥਾ ਨੂੰ ਬਦਲ ਕੇ ਸਾਧੂ ਅਵਸਥਾ ਵਿੱਚ ਆਉਂਦੇ ਨੇ ਕਿ ਮੈਂ ਆਪਣੀ ਅਵਸਥਾ ਨੂੰ ਬਦਲਾਂ, ਅਤੇ ਉਹ ਸਾਧੂ ਅਵਸਥਾ ਵਿੱਚ ਚਲੇ ਗਏ ਔਰ ਕਹਿੰਦੇ ਨੇ ਕਿ ਕਾਫੀ ਲੰਬਾ ਸਮਾਂ ਜਿਹੜਾ ਉਹਨਾਂ ਨੇ ਸਮੇਂ ਸਿਰ ਆਪਣੇ ਜਿਹੜੇ ਗੁਰੂ ਸਨ ਸਾਧੂ ਮੰਡਲੀ ਦੇ ਵਿੱਚ ਉਹ ਬਦਲੇ ਔਰ ਕਾਫੀ ਰਿੱਧੀ ਸਿੱਧੀਆਂ ਦਾ ਉਹਨਾਂ ਨੂੰ ਗਿਆਨ ਹੋਇਆ। ਗਿਆਨ ਤੋਂ ਬਾਅਦ ਜਿਹੜੇ ਸਮਾਂ ਨਿਕਲਦਾ ਗਿਆ ਕਰਦੇ ਕਰਦੇ ਇੱਕ ਸਮਾਂ ਐਸਾ ਆਇਆ ਕਿ ਉਹਨਾਂ ਨੇ ਆਪਣਾ ਇੱਕ ਜਿਹੜਾ ਉਸ ਸਮੇਂ ਦੇ ਉਸ ਜਿਨ੍ਹਾਂ ਇਲਾਕਿਆਂ ਵਿੱਚ ਉਹ ਨਿਕਲ ਕੇ ਜਾ ਰਹੇ ਸਨ ਇਲਾਕਿਆਂ ਵਿੱਚੋਂ, ਜਿਸ ਵੇਲੇ ਪੰਜਾਬ ਦਾ ਇਲਾਕਾ ਨਿਕਲ ਕੇ ਉਹ ਅੱਗੇ ਕਿਸੇ ਜੰਗਲ ਦੇ ਵਿੱਚ ਜਿਸ ਵੇਲੇ ਉੱਥੇ ਆਪਣਾ ਜਿਹੜਾ ਉਹ ਡੇਰਾ ਸਥਾਪਿਤ ਕਰਦੇ ਨੇ ਔਰ ਉਸ ਵੇਲੇ ਜਿਸ ਵੇਲੇ ਮੁਗਲਾਂ ਦਾ ਇੱਕ ਸਮਾਂ ਸੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਸਾਰਾ ਹੀ ਇਹੋ ਦਿਨ ਸਨ ਜਿਸ ਵੇਲੇ ਗੁਰੂ ਸਾਹਿਬ ਦਾ ਪਰਿਵਾਰ 21 ਦਸੰਬਰ ਤੋਂ 27 ਦਸੰਬਰ ਜੋ ਆਪ ਜੀ ਦੇਖ ਰਹੇ ਹੋ ਇਹ ਬੋਰਡ ਲਿਖਿਆ ਸਫਰੇ ਸ਼ਹਾਦਤ, ਇਹ ਸ਼ਹਾਦਤ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਆਪ ਇੱਕ ਪਿਤਾ ਦਾ ਜਿਹੜਾ ਉਹ ਇਸ ਤਿਲਕ ਜੰਦੂ ਰਾਖੇ ਦੇ ਵਾਸਤੇ ਜਿਸ ਵੇਲੇ ਉਹਨਾਂ ਦੇ ਪਿਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਨਵੇਂ ਪਿਤਾ ਨੇ ਜਿਸ ਵੇਲੇ ਆਪਣਾ ਸੀਸ ਕਲਮ ਜਿਹੜਾ ਆਪ ਜੀ ਦੇਖਦੇ ਹੋ ਕਿ ਵਕਤ ਤੇ ਕੀਤਾ ਹੈ। ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਮਹਾਰਾਜ ਦਾ ਪਰਿਵਾਰ ਜਿਸ ਵੇਲੇ ਮਾਤਾ ਗੁਜਰ ਕੌਰ ਜੀ 80 ਸਾਲ ਦੀ ਅਵਸਥਾ ਵਿੱਚ ਇਸ ਵੇਲੇ ਆਪਣੀ ਛੋਟੇ ਜੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਔਰ ਫਤਿਹ ਸਿੰਘ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਦਿੱਤਾ ਗਿਆ ਔਰ ਮਾਤਾ ਗੁਜਰ ਕੌਰ ਜਿਹੜੇ ਨੇ ਉਹ ਆਪ ਸ਼ਹੀਦੀ ਜਾਮ ਜਿਸ ਵੇਲੇ ਉਹ ਪੀ ਗਏ ਔਰ ਦੂਸਰੇ ਪਾਸੇ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ ਜਿਹਦੇ ਗੁਰੂ ਸਾਹਿਬ ਦੇ ਮਾਤ ਗੁਰੂ ਘਰ ਦੇ ਮਹਿਲ ਜਿਹੜੇ ਉਹ ਕਿਸੇ ਹੋਰ ਜਿਹੜੇ ਇਲਾਕੇ ਵਿੱਚ ਚੱਲ ਪਏ। ਗੁਰੂ ਸਾਹਿਬ ਆਪ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਅੱਜ ਆਪ ਜੀ ਮੈਂ TSL ਚੈਨਲ ਦੇ ਰਾਹੀਂ ਦੱਸਣਾ ਚਾਹਾਂਗਾ ਜਿਨ੍ਹਾਂ ਦੇ ਅੱਜ ਦੇ ਦਿਨ ਹੀ ਬਾਬਾ ਅਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ ਜਿਨ੍ਹਾਂ ਨੇ ਲੜ ਕੇ ਔਰ 300 ਜਿਹੜਾ ਫੱਟ ਹੈ ਜਿਹੜਾ ਮੁਗਲਾਂ ਨੇ ਕਿਹਾ ਕਿ ਗੁਰੂ ਅਜੀ ਬਾਬਾ ਅਜੀਤ ਸਿੰਘ ਦੇ ਜਿਹੜਾ ਔਰ ਉਹ ਸਰੀਰ ਦੇ ਉੱਪਰ 300 ਤੋਂ ਵੱਧ ਫੱਟ ਜਿਹੜੇ ਕਹਿੰਦੇ ਕਿ ਗਿਣੇ ਨਹੀਂ ਜਾ ਸਕਦੇ ਸਨ ਉਹ ਫੱਟ ਜਿਹੜੇ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਛਾਤੀ ਦੇ ਖਾਧੇ ਔਰ ਜਿਸ ਵੇਲੇ ਬਾਬਾ ਅਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਚਮਕੌਰ ਦੀ ਗੜੀ ਦੇ ਵਿੱਚ ਜਿਸ ਵੇਲੇ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ ਅਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਆਪਣੇ ਬੱਚਿਆਂ ਨੂੰ ਸ਼ਹੀਦ ਹੋਣ ਅੰਦਰ ਦੇਖਦੇ ਔਰ ਅਗਲੇ ਪੜਾਅ ਵੀ ਜਿਸ ਵੇਲੇ ਨਿਕਲਦੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਆਪਣੇ ਬੱਚੇ ਦੋਨੋਂ ਜਿਹੜੇ ਫਰਜ਼ੰਦ ਸਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹਨਾਂ ਦੇ ਲੱਖਤੇ ਜਿਗਰ ਦੋਨੋਂ ਜ਼ਿਲ੍ਹੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਅਤੇ ਅੱਗੇ ਜਿਸ ਵੇਲੇ ਨਿਕਲਦੇ ਆ ਰਸਤੇ ਦੇ ਵਿੱਚ ਜਿਸ ਵੇਲੇ ਉਹਨਾਂ ਦੀ ਮੁਲਾਕਾਤ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਨਾਲ ਉਸ ਵੇਲੇ ਉਹਨਾਂ ਦਾ ਨਾਂ ਉਸ ਵੇਲੇ ਇਤਿਹਾਸ ਦੇ ਵਿੱਚ ਮਾਧੋ ਦਾਸ ਦੱਸਿਆ ਗਿਆ ਕਿਉਂਕਿ ਸਮੇਂ ਦੇ ਨਾਲ ਇਹਨਾਂ ਦੇ ਨਾਂ ਜਿਹੜੇ ਨੇ ਉਹ ਤਬਦੀਲ ਹੁੰਦੇ ਰਹੇ। ਮਾਧੋ ਦਾਸ ਦੱਸਿਆ ਗਿਆ ਜਿਵੇਂ ਉਹਨਾਂ ਦੀ ਮੁਲਾਕਾਤ ਹੋਈ ਇਹਨਾਂ ਦੇ ਸਵਾਲ ਜਵਾਬ ਜਿਸ ਵੇਲੇ ਉਹ ਆਪਣੀ ਕਿਉਂਕਿ ਇਹ ਇਹਨਾਂ ਕੋਲ ਵੀ ਸ਼ਕਤੀਆਂ ਸਨ ਜਿਹੜੇ ਸ਼ਕਤੀਆਂ ਗੁਰੂ ਸਾਹਿਬ ਉੱਪਰ ਦੱਸਣ ਲੱਗੇ ਤਾਂ ਸ਼ਕਤੀਆਂ ਦਾ ਮੁਜ਼ਾਰਾ ਨਹੀਂ ਹੋ ਸਕਿਆ ਤਾਂ ਉਹਨਾਂ ਨੇ ਹੱਥ ਬੰਨ ਕੇ ਕਿਹਾ ਮਹਾਰਾਜ ਤੁਸੀਂ ਕੌਣ ਹੋ, ਉਹਨਾਂ ਕਿਹਾ ਵੀ ਤੂੰ ਪਛਾਣ ਮੈਂ ਕੌਣ ਆ, ਉਹਨਾਂ ਨੇ ਆਖੇ ਆਪਣੀ ਅੱਖਾਂ ਬੰਦ ਕਰਕੇ ਜਿਸ ਵੇਲੇ ਮਾਧੋ ਦਾਸ ਜੀ ਨੇ ਕਿਉਂਕਿ ਰਿੱਧੇ ਸਿੱਧੀਆਂ ਹੈ ਸਨ ਸ਼ਕਤੀਆਂ ਹੈ ਸਨ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਤਾਂ ਸਾਕਸ਼ਾਤ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਕਿਹਾ ਹਾਂ ਬਿਲਕੁਲ ਮੈਂ ਗੁਰੂ ਗੋਬਿੰਦ ਸਿੰਘ ਹੀ ਹਾਂ ਲੇਕਿਨ ਤੂੰ ਕੌਣ ਹੈ, ਉਹਨਾਂ ਨੇ ਆਪਣੇ ਹਥਿਆਰ ਸੁੱਟ ਕੇ ਹਥਿਆਰ ਸਨ ਕਿ ਮਨੂ ਹਥਿਆਰ ਹਥਿਆਰ ਹੱਥੀ ਨਹੀਂ ਉਹ ਜਿਹੜੇ ਮਨ ਦਾ ਜਿਹੜਾ ਉਹਨਾਂ ਕੋਲ ਜ਼ੋਰ ਸੀ ਜਿਹੜਾ ਸਿੱਧੀਆਂ ਉਹਨਾਂ ਨੇ ਕਿਹਾ ਮਹਾਰਾਜ ਮੈਂ ਤੁਹਾਡਾ ਬੰਦਾ, ਉਹਨਾਂ ਨੇ ਕਿਹਾ ਫਿਰ ਅੱਜ ਤੂੰ ਬੰਦਾ ਹੀ ਹੋਇਆ ਅਤੇ ਅੱਜ ਤੋਂ ਬਾਅਦ ਤੂੰ ਬੰਦਾ ਸਿੰਘ ਬਹਾਦਰ ਦੇ ਨਾਂ ਤੂੰ ਪ੍ਰਚਲਿਤ ਹੋਏਗਾ ਔਰ ਮਹਾਰਾਜ ਦੇ ਕੋਲੋਂ ਹੀ ਉਹਨਾਂ ਨੇ ਜਿਸ ਵੇਲੇ ਅੰਮ੍ਰਿਤ ਪਾਨ ਕੀਤਾ 5 ਤੀਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀ ਬਾਬਾ ਜੀ ਨੂੰ ਜਿਸ ਵੇਲੇ ਕਿਹਾ ਤੂੰ ਇੱਥੇ ਕਿੱਥੇ ਬੈਠਿਆ ਤੂੰ ਰਿੱਧੀ ਸਿੱਧੀ ਉੱਥੇ ਦੇਖ, ਉਹਨਾਂ ਨੇ ਕਿਹਾ ਅੱਖਾਂ ਬੰਦ ਕਰ, ਜਿਹੜੇ ਅੱਖਾਂ ਬੰਦ ਕਰਦੇ ਨੇ ਦੇਖਦੇ ਨੇ ਕਿ ਮੁਗਲਾਂ ਦਾ ਜ਼ੁਲਮ ਜਿਹੜਾ ਉਹ ਜਿਲ੍ਹੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਹਨਾਂ ਦੇ ਆਪਣੇ ਨਜ਼ਰਾਂ ਦੇ ਵਿੱਚ ਬਾਬਾ ਜੀ ਦੇ ਨਜ਼ਰਾਂ 'ਚ ਆਉਂਦੀ ਉਹ ਰੋਣ ਲੱਗਦੇ ਕਹਿੰਦੇ ਰੋਣਾ ਨਹੀਂ ਤੇਰੇ ਤੂੰ ਬਈ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਟਾਕਰਾ ਕਰਨਾ, ਤੂੰ ਜ਼ੁਲਮ ਦਾ ਜਿਹੜਾ ਉਹ ਜ਼ੁਲਮ ਨੂੰ ਜਿਹੜੀ ਉਹ ਠਾਹ ਪਾਣੀ ਹੈ ਔਰ ਆਪਣੇ ਪੱਖੇ ਵਿੱਚੋਂ ਪੱਖਾ ਜਿਹੜਾ ਉਹ ਪਿੱਛੇ ਕਿਹਾ ਜਾਂਦਾ ਆਪਣੇ ਪੱਖੇ ਵਿੱਚੋਂ 5 ਤੀਰ
ਪੰਜ ਸਿੰਘ ਸਾਹਿਬਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਪੰਜ ਸਿੰਘ ਸਾਹਿਬਾਨ ਜਿਹੜਾ ਪੰਜਾਂ ਦਾ ਜਿਹੜਾ ਆਪ ਜੀ ਨੂੰ ਪਤਾ ਹੈ ਕਿ ਸਿੱਖ ਧਰਮ ਦੇ ਵਿੱਚ ਨਾਮ ਰਿਹਾ, ਪੰਜ ਸਿੰਘ ਸਾਹਿਬਾਨ ਪੱਖੇ ਵਿੱਚੋਂ ਪੰਜ ਤੀਰ, ਔਰ ਉਸਦੇ ਨਾਲ ਨਾਲ ਇੱਕ ਨਗਾਰਾ ਆਪ ਜੀ ਦੇਖਦੇ ਹੋ ਕਿ ਜਿਸਲੇ ਯੁੱਧ ਹੁੰਦੇ ਨੇ ਉਹ ਨਗਾਰਾ ਜਿਹੜਾ ਨਗਾਰਾ ਉਹਨਾਂ ਨੂੰ ਦਿੱਤਾ, ਔਰ ਇੱਕ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਨੂੰ ਜਿਹੜਾ ਹੱਥ ਦੇ ਵਿੱਚ ਨਿਸ਼ਾਨ ਦਿੱਤਾ, ਜਿਹੜਾ ਨਿਸ਼ਾਨ ਲੈ ਕੇ ਆਪ ਜੀ ਦੇਖਦੇ ਹੋ ਜੰਗਾਂ ਯੁੱਧਾਂ ਵਿੱਚ ਜਾਂਦੇ ਸਨ। ਇਹ ਪੰਜ ਚੀਜ਼ਾਂ ਤੋੜ ਕੇ ਜਿਸਲੇ ਉਹਨਾਂ ਨੇ ਉਹਨਾਂ ਨੂੰ ਕਿਹਾ ਹੁਣ ਤੁਸੀਂ ਜਿਸ ਪਾਸੇ ਲੰਘੋਗੇ, ਔਰ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਔਰ ਹੁਕਮਨਾਮਾ ਜ਼ਾਹਿਰ ਕੀਤਾ, ਹੁਕਮਨਾਮਾ ਉਹਨਾਂ ਨੂੰ ਦੇ ਕਰਕੇ ਭੇਜਿਆ ਕਿ ਤੁਸੀਂ ਮੁਗਲਾਂ ਦਾ ਟਾਕਰਾ ਲੈਣਾ, ਔਰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਔਰ ਸਾਰੇ ਹੀ ਸਾਡੀ ਸਲਤਨਤ ਦੀ ਸਾਡੇ ਹਿੰਦੁਸਤਾਨ ਦੇ ਪਹਿਲੇ ਐਸੇ ਬਾਦਸ਼ਾਹ ਹੋਏ ਜਿਨ੍ਹਾਂ ਨੇ ਆਪਣੇ ਹੱਥੀਂ ਜਿਸਲੇ ਮੁਗਲਾਂ ਦੇ ਨਾਲ ਲੜਾਈ ਕੀਤੀ, ਆਪਣੇ ਨਾਲ ਜਿਹੜੇ ਕਾਫਲਾ ਨਾਇਕ ਲੈ ਕਰਕੇ ਨਿਕਲੇ, ਜਿਸ ਜਿਸ ਇਲਾਕੇ ਦੇ ਵਿੱਚੋਂ ਨਿਕਲਦੇ ਗਏ ਉਹਨਾਂ ਦੇ ਨਾਲ ਹਰ ਬੰਦਾ, ਔਰ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਉੱਥੇ ਇਹ ਨਹੀਂ ਕਿ ਸਾਰੇ ਹੀ ਅਸੀਂ ਕਹਿੰਦੇ ਹਾਂ ਕਿ ਅਸੀਂ ਉਹ ਸਨ, ਜਿਹੜਾ ਜਿਹੜਾ ਬੰਦਾ ਸੀ ਮੁਗਲਾਂ ਕੋਲੋਂ ਤੰਗ ਸੀ ਉਹ ਬਾਬਾ ਜੀ ਦੀ ਫੌਜ ਦੇ ਨਾਲ ਸ਼ਾਮਿਲ ਹੁੰਦਾ ਗਿਆ, ਔਰ ਕਹਿੰਦੇ ਨੇ ਇੰਨੀ ਵੱਡੀ ਫੌਜ ਬਣੀ ਇਤਿਹਾਸ ਦੇ ਵਿੱਚ, ਔਰ ਉਹ ਇੱਕ ਐਸੀ ਫੌਜ ਸੀ ਜਿਹਦੇ ਕੋਲ ਕੋਈ ਆਧੁਨਿਕ ਹਥਿਆਰ ਨਹੀਂ ਸੀ, ਉਹਨਾਂ ਕੋਲ ਹਥਿਆਰ ਗਏ ਸੀ, ਜਿਸ ਕੋਲ ਖੁਰਪਾ ਸੀ ਉਹ ਖੁਰਪੇ ਨਾਲ ਨਿਕਲ ਪਿਆ, ਜਿਸ ਕੋਲ ਤਲਵਾਰ ਸੀ ਉਹ ਤਲਵਾਰ ਨਾਲ, ਜਿਸ ਕੋਲ ਤੇਈ ਸੀ। ਇਹ ਲੜਾਈ ਇਤਿਹਾਸ ਦੀ ਐਸੀ ਲੜਾਈ ਹੈ ਜਿਹੜੀ ਆਧੁਨਿਕ ਹਥਿਆਰਾਂ ਤੋਂ ਅਲੱਗ ਲੜਾਈ ਹੋਈ ਹੈ, ਔਰ ਜਿਸ ਲੜਾਈ ਦਾ ਮੈਂ ਕਹਿੰਦਾ ਆਪਣੇ ਮੂੰਹ 'ਚੋਂ, ਕਿਉਂਕਿ ਮੈਂ ਬੜੀ ਹੀ ਛੇਤੀ ਨਾਲ ਵਰਣਨ ਕਰ ਰਿਹਾ, ਇਸ ਦਾ ਵਰਣਨ ਕਰ ਪਾਉਣਾ ਬਹੁਤ ਮੁਸ਼ਕਲ ਹੈ। ਉਹ ਐਸੇ ਹਥਿਆਰਾਂ ਨਾਲ ਲੜਾਈ ਹੋਈ, ਔਰ ਮੁਗਲਾਂ ਦੀ ਉਹਨਾਂ ਨਾਲ ਇੱਟ ਬੁਝਾ ਕਰਕੇ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਨੀਹਾਂ ਦੇ ਵਿੱਚ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਉਹ ਬਦਲਾ ਲਿਆ, ਔਰ ਉਸ ਤੋਂ ਬਾਅਦ ਖਾਲਸਾ ਰਾਜ ਦੀ ਸਥਾਪਨਾ ਕੀਤੀ। ਔਰ ਸਾਡੇ, ਮੈਂ ਤੁਹਾਨੂੰ ਕਹਾਂਗਾ, ਸਭ ਤੋਂ ਮਾਣ ਵਾਲੀ ਗੱਲ ਕਿ ਇਤਿਹਾਸ ਵਿੱਚ ਲਿਖਿਆ ਗਿਆ ਕਿ ਜਿਹੜੀਆਂ ਜਾਗੀਰਦਾਰਾਂ ਜਿਹੜੀ, ਕਿਉਂਕਿ ਆਪ ਜਾਣਦੇ ਹੋ ਉਸਨੇ ਜਾਗੀਰਦਾਰੀ ਸੀ, ਉਹ ਜਾਗੀਰਦਾਰੀਆਂ ਖਤਮ ਕੀਤੀਆਂ, ਔਰ ਆਵਾਮ ਨੂੰ, ਹਿੰਦੂ ਸਿੱਖ ਮੁਸਲਿਮ ਈਸਾਈ ਹਰ ਇੱਕ ਨੂੰ ਉਹਨਾਂ ਨੇ ਆਪ ਮਾਲਿਕਾਨਾ ਹੱਕ ਜਿਹੜੇ ਨੇ ਉਹ ਜਿਹੜੇ ਉਹ ਬਾਬਾ ਬੰਦਾ ਸਿੰਘ ਇਸ ਜਰਨੈਲ ਨੇ ਦਿੱਤੇ। ਮੈਂ ਇਸ ਤੋਂ ਜ਼ਿਆਦਾ ਇਤਿਹਾਸ ਦੀ ਜਾਣਕਾਰੀ ਆਪ ਜੀ ਨੂੰ ਕਹਿ ਦਿਆਂ, ਮੈਂ ਆਪ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਇੱਥੋਂ ਸੁਣ ਲਿਆ ਕਿ ਬਾਬਾ ਬੰਦਾ ਬਹਾਦਰ ਹੁੰਦਾ ਇਤਿਹਾਸ ਕਿਹਾ, 26 ਤਰੀਕ ਹੀ ਇਸ ਦਾ ਉਦਘਾਟਨ ਹੋਇਆ ਕਰਦਾ ਹੈ, ਤੁਸੀਂ ਵੀ ਇੱਥੇ ਸ਼ਿਰਕਤ ਕਰੀਏ, ਇਹਦੇ ਦਰਸ਼ਨ ਜਿਹੜੇ ਨੇ ਉਹ ਜ਼ਰੂਰ ਕਰਨਾ।